ਹੈਲੋ ਜੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਗੋਮਲਟੀ ਚੈਨਲ ਦੇ ਵਿੱਚ ਮੇਰੀਆਂ ਭੈਣਾਂ ਤੇ ਮੇਰੇ ਵੀਰਾਂ ਦਾ ਸਵਾਗਤ ਹਾਂਜੀ ਅੱਜ ਆਪਾਂ ਬਣਾਵਾਂਗੇ ਕੀਆ ਕਦੂ ਤੇ ਛੋਲਿਆਂ ਦੀ ਦਾਲ ਅਲੱਗ ਮਸਾਲੇ ਦੇ ਨਾਲ ਅਲੱਗ ਟੇਸਟ ਦੇ ਨਾਲ ਡਬਲ ਤੜਕੇ ਦੇ ਨਾਲ ਬਹੁਤ ਹੀ ਟੇਸਟੀ ਤੇ ਬਹੁਤ ਹੀ ਲਾਜਵਾਬ ਸਭ ਨੂੰ ਪਸੰਦ ਆਉਣ ਵਾਲੀ ਹਾਂਜੀ ਇਹ ਇਹ ਬਣਾਉਣ ਲੱਗੇ ਹਾਂ ਜੀ ਅੱਜ ਮੇਰੇ ਭਤੀਜੇ ਦੀ ਫੇਵਰਿਟ ਦਾਲ ਆ ਇਹ ਤੇ ਉਸ ਨੂੰ ਜਿਹੜੀ ਬਹੁਤ ਹੀ ਜ਼ਿਆਦਾ ਪਸੰਦਦਾ ਤੇ ਬਹੁਤ ਹੀ ਸ਼ੌਂਕ ਦੇ ਨਾਲ ਖਾਂਦਾ ਏ ਤੇ ਇਹ ਆਪਾਂ ਇੱਕ ਕੱਦੂ ਲੈ ਲਿਆ ਤੇ ਇਸ ਨੂੰ ਆਪਾਂ ਜਿਹੜਾ ਮੋٹے ਪੀਸਾਂ ਦੇ ਵਿੱਚ ਹੀ ਕੱਟ ਲਿਆ ਤੇ ਇੱਧਰ ਆਪਾਂ ਛੋਲਿਆਂ ਦੀ ਦਾਲ ਨੂੰ ਧੋ ਕੇ ਤੇ ਅੱਧਾ ਘੰਟਾ ਜਿਹੜਾ ਭਿਉਂ ਕੇ ਰੱਖਤਾ ਸੀਗਾ ਤੇ ਇਸ ਨੂੰ ਵੀ ਜਿਹੜਾ ਹੈ ਆਪਾਂ ਕੁੱਕਰ ਦੇ ਵਿੱਚ ਪਾਤਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਚਮਚ ਲੂਣ ਲੂਣ ਪਹਿਲਾਂ ਜਿਹੜਾ ਹੈ ਆਪਾਂ ਘੱਟ ਪਾਵਾਂਗੇ ਤੇ ਬਾਅਦ ਵਿੱਚ ਆਪਾਂ ਫੇਰ ਤੜਕੇ ਦੇ ਵਿੱਚ ਪਾਵਾਂਗੇ ਤੇ ਇੱਕ ਚਮਚਾ ਆਪਾਂ ਜਿਹੜਾ ਹਲਦੀ ਪਾਵਾਂਗੇ ਸਿਰਫ ਆਪਾਂ ਦੋ ਹੀ ਚੀਜ਼ਾਂ ਪਾਉਣੀਆਂ ਤੇ ਬਾਕੀ ਦੇ ਜਿਹੜੇ ਮਸਾਲੇ ਆ ਆਪਾਂ ਉਹ ਤੜਕੇ ਦੇ ਵਿੱਚ ਅਲੱਗ ਮਸਾਲਾ ਜਿਹੜਾ ਪਾਵਾਂਗੇ ਇੱਧਰ ਆਪਾਂ ਪਾਣੀ ਆ ਜਿਹੜਾ ਲੋੜ ਮੁਤਾਬਕ ਲੈ ਲੈਣਾ ਜ਼ਿਆਦਾ ਪਾਣੀ ਵੀ ਨਹੀਂ ਪਾਉਣਾਗਾ ਸਿਰਫ ਜਿਹਦੇ ਵਿੱਚ ਆਪਣਾ ਜਿਹੜਾ ਕੀਆ ਕद्दू ਤੇ ਛੋਲਿਆਂ ਦੀ ਦਾਲ ਉੱਪਰ ਦੀ ਪਾਣੀ ਆ ਜਾਵੇ ਜਿਹੜਾ ਥੋੜਾ ਜਿਹਾ ਤੇ ਹੁਣ ਆਪਾਂ ਕੁੱਕਰ ਦਾ ਢੱਕਣ ਲਗਾ ਕੇ ਇਸ ਦੀਆਂ ਜਿਹੜੀਆਂ 7 ਤੋਂ 8 ਸੀਟੀਆਂ ਲਗਵਾਵਾਂਗੇ ਲੋ ਜੀ ਇਸ ਨੂੰ ਜਿਹੜਾ ਆਪਾਂ 8-7 ਮਿੰਟ ਪਕਵਾ ਪਕਾ ਲਿਆ ਹੈਗੀਆਂ ਇਹਦੀਆਂ ਸੀਟੀਆਂ ਜਿਹੜੀਆਂ ਆਪਣੀਆਂ 8ਕ ਲੱਗ ਗਈਆਂ ਜੇ ਤੁਸੀਂ ਚਾਹੋ ਤਾਂ ਥੋੜੀ ਘੱਟ ਵੀ ਲਗਾ ਸਕਦੇ ਹਾਂ ਉਹ ਜਿਹੜੀ ਦਾਲ ਹੁੰਦੀ ਹੈ ਥੋੜੀ ਹਲਕੀ ਜਿਹੀ ਖੜਮੀ ਰਹਿ ਜਾਂਦੀ ਹੈ ਕੱਚੀ ਰਹਿ ਜਾਂਦੀ ਆ ਉਹ ਤਾਂ ਆਪਣੀ ਆਪਣੀ ਪਸੰਦ ਹੁੰਦੀ ਆ ਵੀ ਕਿਸ ਤਰ੍ਹਾਂ ਆਪਣੇ ਫੈਮਿਲੀ ਮੈਂਬਰ ਨੂੰ ਦਾਲ ਆ ਜਿਹੜੀ ਪਸੰਦ ਹੁੰਦੀ ਆ ਦੇਖੋ ਪੂਰੀ ਤਰ੍ਹਾਂ ਜਿਹੜੀ ਆਪਣੀ ਦਾਲ ਆ ਜਿਹੜੀ ਛੋਲਿਆਂ ਦੀ ਪੱਕ ਚੁੱਕੀ ਆ ਬਿਲਕੁਲ ਵੀ ਜਿਹੜੀ ਆ ਖੜਮੀ ਨਹੀਂ ਹੈਗੀ ਕੱਚੀ ਨਹੀਂ ਹੈਗੀ ਜੇ ਤੁਸੀਂ ਇਸ ਤੋਂ ਘੱਟ ਪਕਾਉਣਾ ਚਾਹੁੰਦੇ ਆ ਤਾਂ ਦੋ ਸੀਟੀਆਂ ਘੱਟ ਕਰ ਦੋ ਤੇ ਹੁਣ ਆਪਾਂ ਇੱਧਰ ਤੜਕੇਰੀ ਤਿਆਰੀ ਕਰਦੇ ਆਂ ਇੱਧਰ ਆਪਾਂ ਇੱਕ ਕੜਛੀ ਸਰੋਂ ਦਾ ਤੇਲ ਲੈ ਲਿਆ ਇਹਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲਿਆ ਤੇਲ ਦਾ ਜਿਹੜਾ ਕਲਰ ਆ ਪੂਰੀ ਤਰ੍ਹਾਂ ਚੇਂਜ ਹੋ ਗਿਆ ਇੱਕ ਤੇਜ ਪੱਤਾ ਦੋ ਲਾਲ ਮਿਰਚ ਜੀਰਾ ਲੌਂਗ ਇਲਾਇਚੀ ਕਾਲੀਆਂ ਮਿਰਚਾਂ ਤੇ ਦਾਲਚੀਨੀ ਪਾਉਣਾ ਚਾਹੋ ਤੁਸੀਂ ਪਾ ਸਕਦੇ ਆ ਨਹੀਂ ਸਕਿੱਪ ਵੀ ਕਰ ਸਕਦੇ ਆ ਇੱਧਰ ਆਪਾਂ ਬਰੀਕ ਕੱਟਿਆ ਹੋਇਆ ਲਸਣ ਲੈ ਲਿਆ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਫਰਾਈ ਕਰ ਲਿਆ ਲਸਣ ਨੂੰ ਇਹਦੇ ਨਾਲ ਜਦੋਂ ਆਪਾਂ ਲਸਣ ਨੂੰ ਫਰਾਈ ਕਰ ਲਈਏ ਤਾਂ ਬਹੁਤ ਹੀ ਵਧੀਆ ਫਲੇਵਰ ਆਉਣ ਲੱਗ ਜਾਂਦਾ ਦਾਲ ਦੇ ਵਿੱਚ ਤੇ ਇੱਧਰ ਆਪਾਂ ਦੋ ਛੋਟੇ ਛੋਟੇ ਪਿਆਜ਼ ਜਿਹੜੇ ਕੱਟਿਆ ਬਰੀਕ ਤੇ ਹੁਣ ਆਪਾਂ ਪਿਆਜ਼ ਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਤੇ ਤੁਸੀਂ ਵੀ ਇੱਕ ਵਾਰ ਜਿਹੜਾ ਜ਼ਰੂਰ ਟਰਾਈ ਕਰਕੇ ਦੇਖੋ ਜ਼ਰੂਰ ਬਣਾ ਕੇ ਦੇਖਿਆ ਜੋ ਤੇ ਬਹੁਤ ਹੀ ਵਧੀਆ ਲੱਗਦੀ ਹੈ ਬਹੁਤ ਟੇਸਟੀ ਲੱਗਦੀ ਹੈ ਕਿਉਂਕਿ ਗਰਮੀਆਂ ਦਾ ਮੌਸਮ ਆ ਇਹਦੇ ਵਿੱਚ ਥੋੜਾ ਹਲਕੀਆਂ ਫੁਲਕੀਆਂ ਸਬਜ਼ੀਆਂ ਵਧੀਆ ਲੱਗਦੀਆਂ ਜਿਵੇਂ ਕਿ ਲੋਕੀ ਹੋਈ ਜਿਹਨੂੰ ਅਸੀਂ ਅੱਲਾ ਬੋਲਦੇ ਆ ਤੇ ਇੱਧਰ ਅਸੀਂ ਕद्दू ਨੂੰ ਕद्दू ਬੋਲਦੇ ਆ ਜਿਹਨੂੰ ਕਿ ਤੁਸੀਂ ਕੀਆ ਵੀ ਬੋਲਦੇ ਕਈ ਕੀਆ ਕद्दू ਹਰ ਇੱਕ ਦੀ ਆਪਣੀ ਆਪਣੀ ਏਰੀਆ ਦੇ ਹਿਸਾਬ ਨਾਲ ਬੋਲੀ ਹੁੰਦੀ ਆ ਤੇ ਸਾਡੀ ਮਾਲਵੇ ਦੀ ਬੋਲੀ ਇਦਾਂ ਦੀ ਆ ਜਿਵੇਂ ਅਸੀਂ ਕद्दू ਬੋਲਦੇ ਆ ਕੀਆ ਨੂੰ ਲੌਕੀ ਨੂੰ ਅਸੀਂ ਆਲ ਬੋਲਦੇ ਆ ਤੋਰੀਆਂ ਤੋਰੀਆਂ ਇਸ ਤਰ੍ਹਾਂ ਤੇ ਇਹ ਆਪਾਂ ਜੀ ਦੋ ਟਮਾਟਰ ਲਏ ਸੀ ਉਹਨਾਂ ਨੂੰ ਗ੍ਰाइंड ਕਰ ਲਿਆ ਸੀ ਤੁਸੀਂ ਚਾਹੋ ਤਾਂ ਬਰੀਕ ਬਰੀਕ ਪੀਸ ਸਕਦੇ ਆ ਪਹਿਲਾਂ ਆਪਾਂ ਪਿਆਜ਼ ਨੂੰ ਚੰਗੀ ਤਰ੍ਹਾਂ ਭੁੰਨ ਲਿਆ ਹੁਣ ਆਪਾਂ ਜਿਹੜਾ ਟਮਾਟਰ ਨੂੰ ਦੋ ਚਾਰ ਮਿੰਟ ਜਿਹੜਾ ਚੰਗੀ ਤਰ੍ਹਾਂ ਭੁੰਨ ਲਵਾਂਗੇ ਇਹ ਆਪਣੇ ਹਰੇ ਪਿਆਜ਼ ਦੀਆਂ ਭੂਕਾਂ ਐ ਇਹਦੇ ਨਾਲ ਦਾਲ ਸਬਜ਼ੀ ਦਾ ਟੇਸਟ ਬਹੁਤ ਵਧੀਆ ਲੱਗਦਾ ਚਲੋ ਹੁਣ ਤਾਂ ਮੈਨੂੰ ਲੱਗਦਾ ਬਾਜ਼ਾਰ ਚੋਂ ਵੀ ਸ਼ਾਇਦ ਨਹੀਂ ਮਿਲਦੇ ਹੋਣੇ ਹਰੇ ਪਿਆਜ਼ ਲਓ ਜੀ ਆਪਣਾ ਤੜਕਾ ਜਿਹੜਾ ਬਿਲਕੁਲ ਭੁੱਜ ਕੇ ਹੋ ਗਿਆ ਤਿਆਰ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਸਾਲੇ ਇੱਕ ਚਮਚ ਆਪਾਂ ਲਾਲ ਮਿਰਚ ਲੈ ਲਈ ਤੇ ਇੱਕ ਚਮਚ ਆਪਾਂ ਗਰਮ ਮਸਾਲਾ ਲੈ ਲਿਆ ਇੱਕ ਚਮਚੀ ਆਪਾਂ ਜਿਹੜਾ ਧਨੀਆ ਪਾਊਡਰ ਲੈ ਲਿਆ ਥੋੜਾ ਜਿਹਾ ਆਪਾਂ ਆਂਬ ਚੂਰ ਪਾਊਡਰ ਲੈ ਲਿਆ ਇਹਦੇ ਨਾਲ ਟੇਸਟ ਬਹੁਤ ਵਧੀਆ ਬਣਦਾ ਇਹ ਆਪਾਂ ਥੋੜੀ ਜਿਹੀ ਹਲਦੀ ਲੈ ਲਈ ਅੱਧੇ ਚਮਚੇ ਤੋਂ ਵੀ ਘੱਟ ਕਿਉਂਕਿ ਆਪਾਂ ਹਲਦੀ ਪਹਿਲਾਂ ਵੀ ਪਾਈ ਹੋਈ ਆ ਦਾਲ ਦੇ ਵਿੱਚ ਤੇ ਇਹਦੇ ਨਾਲ ਕੀ ਹੈ ਕਲਰ ਆ ਜਿਹੜਾ ਸੋਨਾ ਬਣ ਜਾਊਗਾ ਬਾਅਦ ਵਿੱਚ ਹਲਦੀ ਪਾਉਣ ਦੇ ਨਾਲ ਦਾਲ ਦਾ ਇਹ ਆਪਾਂ ਲੈ ਲਈ ਸੁੱਕੀ ਮੇਥੀ ਇਹਦੇ ਨਾਲ ਫਲੇਵਰ ਵੀ ਬਹੁਤ ਵਧੀਆ ਆਉਂਦਾ ਟੇਸਟ ਵੀ ਵਧੀਆ ਬਣਦਾ ਏ ਖੁਸ਼ਬੂ ਵੀ ਆਉਂਦੀ ਆ ਥੋੜਾ ਜਿਹਾ ਆਪਾਂ ਪਾਣੀ ਪਾ ਕੇ ਜਿਹੜਾ ਚੰਗੀ ਤਰ੍ਹਾਂ ਤੜਕੇ ਨੂੰ ਭੁੰਨ ਲਵਾਂਗੇ ਮਸਾਲਿਆਂ ਨੂੰ ਜਿਹੜਾ ਭੁੰਨ ਲਾਵਾਂਗੇ ਤਾਂ ਕਿ ਆਪਣੇ ਜਿਹੜੇ ਮਸਾਲੇ ਆ ਸੜਾ ਨਾ ਤੜਕਾ ਸੜੇ ਨਾ ਸਿਰਫ ਆਪਾਂ 1 ਡੇਢ ਮਿੰਟ ਜਿਹੜਾ ਇਹਨਾਂ ਨੂੰ ਹਾਈ ਫਲੇਮ ਤੇ ਸੇਕ ਲਵਾ ਲਵਾਂਗੇ ਆ ਦੇਖੋ ਬਿਲਕੁਲ ਆਪਣਾ ਤੜਕਾ ਜਿਹੜਾ ਮਸਾਲੇ ਆ ਬਣ ਕੇ ਰੈਡੀ ਆ ਤਿਆਰ ਹੋ ਗਏ ਹੁਣ ਆਪਾਂ ਦਾਲ ਦੇ ਵਿੱਚ ਪਾ ਲਵਾਂਗੇ ਆ ਦੇਖੋ ਇਹ ਵਾਲੀ ਦਾਲ ਕੀ ਆ ਕੱਦੂ ਵਾਲੀ ਦਾਲ ਆ ਜਿਹੜੀ ਛੋਲਿਆਂ ਦੀ ਦਾਲ ਨੂੰ ਬਹੁਤ ਹੀ ਪਸੰਦ ਕਰਦਾ ਇਹ ਮੇਰਾ ਤੇਜਾ ਮੇਰੇ ਦੋ ਭਤੀਜੇ ਇੱਕ ਛੋਟਾ ਇੱਕ ਵੱਡਾ ਹੈ ਜਿਹੜਾ ਛੋਟਾ ਹੈ ਉਹ ਤਾਂ ਬਿਲਕੁਲ ਵੀ ਨਹੀਂ ਬੋਲਦਾਗਾ ਇਹ ਜਿਹੜਾ ਵੱਡਾ ਹੈ ਬਾਹਰ ਦੁਬਈ ਚ ਰਹਿੰਦਾ ਇਹ ਆਪ ਵੀ ਦਾਲ ਸਬਜ਼ੀ ਬਣਾ ਲੈਂਦਾ ਤੇ ਲਾ ਦਿੰਦੇ ਆ ਜੀ ਬਾਹਰ ਪੇਟ ਆਪੇ ਇਹ ਆ ਜੀ ਆਪਾਂ ਲਿਆ ਪਾਉ ਪਾਜੀ ਮਸਾਲਾ ਅਲੱਗ ਤੋਂ ਟੇਸਟ ਬਣਾਉਣ ਵਾਸਤੇ ਤੇ ਤੁਸੀਂ ਹੋਰ ਵੀ ਮਸਾਲਾ ਪਾ ਸਕਦੇ ਆ ਜਿਵੇਂ ਕਿ ਮੈਗੀ ਮਸਾਲਾ ਹੋਇਆ ਜਾਂ ਸਾਂਬਰ ਮਸਾਲਾ ਹੋਇਆ ਜਾਂ ਜਿਵੇਂ ਕਿ ਆਪਾਂ ਪਾ ਲੈਨੇ ਹੁਣ ਸਬਜੀ ਮਸਾਲਾ ਹੁੰਦਾ ਹੈ ਐਮ ਡੀ ਐਚ ਦਾ ਅਲੱਗ ਤੋਂ ਕੋਈ ਵੀ दाल ਸਬਜੀ ਬਣਾਉਣਾ ਚਾਹਣੇ ਜਿਹੜੇ ਘਰ ਦੇ ਵਿੱਚ ਫੈਮਿਲੀ ਮੈਂਬਰ ਜਾਂ ਬੱਚੇ ਪਸੰਦ ਨਹੀਂ ਕਰਦੇ ਤਾਂ ਤੁਸੀਂ ਮਸਾਲੇ ਨੂੰ ਜਿਹੜਾ ਅਲੱਗ ਤੋਂ ਕੋਈ ਮਸਾਲਾ ਐਡ ਕਰੋ ਉਹਦੇ ਨਾਲ ਕੀ ਹੈ ਅਲੱਗ ਫਲੇਵਰ ਆਉਂਦਾ ਅਲੱਗ ਟੇਸਟ ਆਉਂਦਾ ਤੇ ਫਿਰ ਸਾਰੇ ਜਿਹੜਾ ਪਸੰਦ ਕਰਦੇ ਆ ਤੇ ਇੱਧਰ ਆਪਾਂ ਇੱਕ ਡੋਂਗੇ ਦੇ ਵਿੱਚ ਦਾਲ ਨੂੰ ਜਿਹੜਾ ਕੱਢ ਲਿਆ ਸਰਵ ਕਰ ਲਿਆ ਹੁਣ ਆਪਾਂ ਦੇਸੀ ਘਿਓ ਦਾ ਜਿਹੜਾ ਤੜਕਾ ਲਾਤਾ ਇਹ ਆਪਾਂ ਲੰਮੇ ਪਤਲੇ ਪੀਸਾਂ ਦੇ ਵਿੱਚ ਆਦਰਕ ਕੱਟਿਆ ਹੋਇਆ ਤੇ ਇੱਧਰ ਆਪਾਂ ਜਿਹੜਾ ਦੋ ਹਰੀਆਂ ਮਿਰਚਾਂ ਤੇ ਇਸ ਨੂੰ ਬਣਾਤਾ ਆਪਾਂ ਡਬਲ ਤੜਕੇ ਵਾਲੀ ਦਾਲ ਬਹੁਤ ਹੀ ਟੇਸਟੀ ਕਿਉਂਕਿ ਦੇਸੀ ਘਿਓ ਦੇ ਨਾਲ ਬਹੁਤ ਵਧੀਆ ਟੇਸਟ ਆਉਂਦਾ ਹੈ ਦਾਲ ਸਬਜ਼ੀ ਚ ਤੇ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰੋ ਜੇਕਰ ਤੁਹਾਡੇ ਫੈਮਿਲੀ ਮੈਂਬਰ ਜਾਂ ਤੁਹਾਡੇ ਬੱਚੇ ਆ ਕੀਆ ਕਦੂ ਨੂੰ ਆਲੂ ਨੂੰ ਪਸੰਦ ਨਹੀਂ ਕਰਦੇ ਲੋਕੀ ਨੂੰ ਨਹੀਂ ਪਸੰਦ ਕਰਦੇ ਤਾਂ ਤੁਸੀਂ ਇਸ ਵਾਰ ਇੱਕ ਵਾਰ ਇਸ ਤਰੀਕੇ ਦੇ ਨਾਲ ਟਰਾਈ ਜ਼ਰੂਰ ਕਰਕੇ ਵੇਖੋ ਅਲੱਗ ਮਸਾਲੇ ਦੇ ਨਾਲ ਕਿਉਂਕਿ ਜਦੋਂ ਆਪਾਂ ਬੱਚਿਆਂ ਨੂੰ ਕੋਈ ਦਾਲ ਸਬਜ਼ੀ ਖਵਾਉਣੀ ਹੋਵੇ ਤਾਂ ਬਸ ਉਸ ਦਾ ਜਿਹੜਾ ਤਰੀਕਾ ਅਲੱਗ ਕਰ ਦਿਓ ਚੇਂਜ ਕਰ ਦਿਓ ਉਹਦੇ ਨਾਲ ਕੁਛ ਨਾ ਕੁਛ ਅਲੱਗ ਤੋਂ ਐਡ ਕਰੋ ਅਲੱਗ ਮਸਾਲਾ ਐਡ ਕਰ ਦਿਓ ਫਿਰ ਜਿਹੜੇ ਬੱਚੇ ਕੇ ਪਸੰਦ ਕਰਨ ਲੱਗ ਜਾਂਦੇ ਆ ਖਾਣਾ ਸ਼ੁਰੂ ਕਰ ਦਿੰਦੇ ਆ ਹਾਂਜੀ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਮੇਰੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਦੇਖਣ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਹਾਂਜੀ ਜੇ ਮੇਰੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਹੋ ਤਾਂ ਮੇਰੇ ਚੈਨਲ ਨੂੰ ਵਾਅਦ ਤੋਂ ਵਾਅਦ ਸਪੋਰਟ ਕਰੋ ਜੀ ਚਲੋ ਠੀਕ ਆ ਜੀ ਅਗਲੀ ਵੀਡੀਓ ਦੇ ਵਿੱਚ ਆਪਾਂ ਫੇਰ ਮਿਲਾਂਗੇ ਤਬ ਤੱਕ ਲਈ ਸਤਿ ਸ਼੍ਰੀ ਅਕਾਲ